ਇਹ ਸੱਚ ਕਿਹੋ ਜਿਹਾ ਹੁੰਦਾ? ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ, ਮਿੱਟੀ ਚੁਗਦੀ ਫਸਲ ਸੱਚ ਹੈ, ਗੁਰੂ ਦੀ ਬਾਣੀ ਸੱਚ ਹੈ, ਸਤਿਗੁਰ ਪਿਆਰੇ ਸੱਚੇ ਦੀ ਬਾਹ ਫੜਦੇ ਹੁੰਦੇ ਨੇ। ਕੋਈ ਵੀ ਔਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ। ਇੱਦਾਂ ਦੇ ਕੱਚੇ ਘਰ ਹੁੰਦੇ ਸੀ ਮੁਹੱਲੇ, ਤੁਹਾਡੇ ਮੁੰਡਿਆਂ ਤੇ ਉਹ ਬੈਠਾ ਹੱਥ 'ਚ ਪਕੌੜੇ ਫੜੇ ਨੇ, ਪਿੱਛੇ ਪਕੌੜਿਆਂ ਵਾਲੇ ਦਾ ਤਾਮਜਾਮ ਲੱਗਿਆ ਹੋਇਆ, ਉਹ ਖਾਂਦਾ ਜਾ ਰਿਹਾ, ਨਾਲ ਉਹਦੇ 3-4 ਆੜੀ ਨੇ, ਉਹਨਾਂ ਨੂੰ ਵੀ ਲੈ ਕੇ ਦਿੱਤੇ ਹੋਏ ਨੇ। ਤੁਸੀਂ ਹਸਬੈਂਡ ਵਾਈਫ ਜਾ ਰਹੇ ਹੋ, ਉਹਨੂੰ ਮੁੰਡੇ ਤੇ ਬੜਾ ਹੈਪੀ ਮੋਹਲਾ ਮੁਹੱਲਾ, ਬਸ ਇੱਕ ਸਿੰਪਲ ਮੁੰਡਾ ਠੀਕ ਸਵੀਟ ਜਿਹਾ, ਇਹ ਉਹ ਘੱਟ ਕਿਸੇ ਦਾ ਪੱਕਾ ਵੇਖ ਕਦੇ ਨੀ ਕੱਚਾ ਟਾਈ ਦਾ। ਸਮਾਈਲ ਲਿਆਓ ਫੇਸ ਦੇ ਉੱਤੇ, ਚੱਲੀ ਚਲੋ ਚੱਲੀ ਚਲੋ, ਮੱਥਾ ਟੇਕੋ, ਹਾਂ ਇੱਕ ਦੂਜੇ ਲਈ ਦੇਖਿਓ, ਵੰਡ ਕੇ ਖਾਈ ਦਾ। ਬੇਸਮਝਾਂ ਦੇ ਮਨ ਅੰਦਰ ਸੋਚੀ ਪਾਉਂਦੇ ਨੇ, ਸਤਨਾਮ ਹੀ ਸਤਨਾਮ ਦਾ ਜਾਪ ਕਰਾਉਂਦੇ ਇਹ ਵੀ ਫਿਲਮ ਜਦੋਂ ਤੁਸੀਂ ਦੇਖੋਗੇ ਰੋਵੋਗੇ ਵੀ ਬਹੁਤ, ਕਿਉਂਕਿ ਇਹ ਦਿਲ ਦੇ ਬਹੁਤ ਕਰੀਬ ਹੈ ਅਤੇ ਸਾਡੇ ਘਰ ਘਰ ਦੀ ਕਹਾਣੀ ਹੈ। ਕਿਸੇ ਦਾ ਪੱਕਾ ਵੇਖ ਕਦੇ ਨੀ ਇੱਥੇ ਰੁਕਣਾ, ਤੂੰ ਜਲਦੀ ਭੱਜ ਗਿਆ, ਵੇਟ ਕਰਨੀ ਹੈ, ਫਿਰ ਮੈਂ ਬੋਲੂੰਗੇ ਭੱਜ ਲਓ, ਉਦੋਂ ਭੱਜ ਭੱਜ ਲਓ ਠੀਕ ਹੈ। ਮੈਂ ਬਹੁਤ ਸੁਣਿਆ ਸੀ ਔਰ ਮੇਰੀ ਬੜੀ ਤਮੰਨਾ ਸੀ ਕਿ ਮੈਂ ਗਿੱਪੀ ਜੀ ਨਾਲ ਕੰਮ ਕਰਾਂ, ਔਰ ਮੇਰੀ ਇਹ ਖੁਸ਼ਕਿਸਮਤੀ ਕਿ ਮੈਂ ਅਰਦਾਸ 2 ਦੇ ਵਿੱਚ ਅਹਿਮ ਰੋਲ ਕਰ ਰਿਹਾ। ਸਤਿਗੁਰ ਪਿਆਰੇ